ਤੇ ਫਿਰ ਜਾ ਕੇ ਬਲਾਕ ਦੇ ਵਿੱਚ ਜਾ ਕੇ ਤੇ ਰੋਕ ਦਿੰਦੇ ਆ। ਕੌਣ ਰੋਕਦਾ ਜੀ? ਇਹੋ ਨਿਰਮਲ ਸਿੰਘ ਨਿੰਮਾ ਵਾ, ਇਹਦੇ ਨਾਲ ਹੋਰ ਵੀ ਆ ਲਾਗੇ ਇੱਕ ਘਰ ਵਾਲਾ ਬੁਰਾ ਵਾ, ਇਹ ਜਾ ਕੇ ਸਾਡਾ ਨਿਹੰਗ ਵੀ ਆ ਗੁਰਦੁਆਰੇ ਸਾਹਿਬ ਗੁਰਦੁਆਰੇ ਤੇ ਛਪੜ ਲੱਗਾ। ਜਿਹੜਾ ਨਿਰਮਲ ਸਿੰਘ ਨਿੰਮਾ ਆ ਇਹ ਇੱਕ ਮੌਜੂਦਾ ਸਰਕਾਰ ਨਾਲ ਸੰਬੰਧਿਤ ਇੱਕ ਮੈਂਬਰ ਪੰਚਾਇਤ, ਕਿਉਂ ਰੋਕਦਾ? ਇਹ ਝਾੜੂ ਵਾਲੇ ਨਾਲ ਸੰਬੰਧ ਹੈਗਾ ਜੀ? ਨਹੀਂ, ਝਾੜੂ ਦੀ ਸਰਕਾਰ ਆ, ਉਹਨਾਂ ਦੇ ਵਿਕਾਸ ਕਰਾਉਣਾ, ਕਹਿੰਦੇ ਵਿਕਾਸ ਕਰਾਉਣਾ, ਇਹ ਕਿਉਂ ਰੋਕਦਾ? ਰੋਕਦਾ ਜੀ, ਅਸੀਂ ਆ ਸੰਦੀਪ ਸਰਪੰਚ ਦੇ ਬੰਦੇ ਪੱਕੇ, ਇਹ ਸਾਡੇ ਨਾਲ ਧੜੇਬਾਜ਼ੀ ਕਰਦੇ ਆਏ ਆ ਜੀ। ਇਹ ਨਿਰਮਲ ਸਿੰਘ ਕਿਉਂ ਰੋਕਦਾ ਜੀ? ਇਹ ਨਿਰਮਲ ਸਿੰਘ ਤਾਂ ਰੋਕਦਾ ਜੀ, ਇਹਨੂੰ ਕਾਫੀ ਸਾਲ ਹੋ ਗਏ ਜੇ ਪੰਚਾਇਤੀ ਪੈਲੀ ਜਿਹੜੀ ਹੈ ਵੰਗਾ ਹੋਣ ਡਿਆ ਜੀ। ਠੀਕ ਹੈ, ਇਹ ਲੋਕਾਂ ਨੂੰ ਕਹਿੰਦਾ ਵਾ ਵੀ ਮੇਰੀਆਂ ਇੱਥੇ ਮੜੀਆਂ ਬੰਨ ਗਿਆ, ਮੈਂ ਇੱਥੇ ਕੁੱਖ ਨਹੀਂ ਬੰਨ ਦੇਣਾ। ਨਗਰਾਲਾ ਥਾਂ ਦੀ ਇਹ ਮੰਗ ਮੰਗੀ ਹੈ, ਸੈਕਟਰੀ ਸਾਹਿਬ ਦੇ ਕੇ ਗਏ ਆ, ਇਹਨੇ ਫੇਰ ਵੀ ਰੋਕਦਾ ਵਾ। ਤੇ ਜੇ ਪ੍ਰਸ਼ਾਸਨ ਨਹੀਂ ਕਾਰਵਾਈ ਕਰਦਾ ਕੋਈ ਇਹ ਬਣਾਉਣ ਦੀ, ਤੁਸੀਂ ਕੀ ਕਰੋਗੇ? ਅਸੀਂ ਬਲਾਕ ਦੇ ਵਿੱਚ ਅਸੀਂ ਵੀ ਸਾਰੇ ਜਣੇ ਜਾ ਕੇ ਧਰਨਾ ਲਾਵਾਂਗੇ। ਅਸੀਂ ਤੇ ਇਹਨਾਂ ਦੇ ਘਰ ਉੜੀ ਛੋੜ ਦਾਂਗੇ, ਅਸੀਂ ਵੀ ਧਰਨਾ ਲਾਵਾਂਗੇ। ਠੀਕ ਹੈ, ਥੈਂਕ। ਪਾਣੀ ਦਾ ਮਸਲਾ ਵੇਖੋ ਜੀ, ਅੱਜ ਉਹ ਤੁਹਾਨੂੰ ਵੇਖ ਕੇ ਦੇਖ ਲਈ ਜੀ ਸਾਰਾ ਕੁਝ ਕੇ। ਤੁਹਾਡੇ ਘਰ 'ਚ ਪਾਣੀ ਖਲੋਤਾ, ਇਹਦੇ ਬਾਰੇ ਤੁਸੀਂ ਕਿਸੇ ਨੂੰ ਮਿਲੇ ਜੀ? ਅਸੀਂ ਵੇਖੋ ਜੀ, ਆਪਣਾ ਤੇ ਸਾਡੇ ਦੇ ਜਿਹੜੇ ਬੰਦੇ ਸਾਡੇ ਖਾਸ ਹੈ ਪਹਿਲੋਂ ਆਪਾਂ ਤੇ ਉਹਨਾਂ ਦੇ ਤੱਕ ਸਾਰਾ ਜਾਪਦਾ ਵਾ ਵੀ ਰਾਜਨੀਤੀ ਦਾ ਹਾਕੀ ਆ ਜੀ ਪੰਜਾਬ ਦਾ, ਵੀ ਇਹ ਸਾਰਾ ਵੋਟਾਂ ਦਾ ਚੱਕਰ ਹੀ ਜਾਪਣ ਡਿਆ ਜੀ ਸਾਨੂੰ। ਅੱਛਾ ਜੀ, ਜਿਹੜੇ ਮੌਜੂਦਾ ਸਰਪੰਚ ਆ ਉਹ ਕੀ ਆਉਂਦੇ ਤੁਹਾਨੂੰ? ਵੇਖੋ ਜੀ, ਉਹਨਾਂ ਇੱਕ ਦਿਨ ਇੱਥੇ ਲੰਘਣ ਡੇ, ਮੈਨੂੰ ਆਖਣ ਡੇ ਵੀ ਤੁਹਾਡਾ, ਮੈਨੂੰ ਬੜਾ ਦੁੱਖ ਹੋਇਆ ਵਾ ਵੀ ਤੁਹਾਡੇ ਘਰ ਦੇ ਅੱਗੇ ਪਾਣੀ ਆ। ਅੱਛਾ ਜੀ, ਉਹਨਾਂ ਨੇ ਇੱਥੇ ਆ ਕੇ ਕੀਤਾ ਵਾ ਦੁੱਖ। ਉਹ ਤੋਂ ਬਾਅਦ ਬਸ ਅੱਜ ਕੁਛ ਵੀ ਨਹੀਂ ਹੋਇਆ, ਗੱਲ ਕਰਕੇ ਚੱਲ ਗਏ ਆ, ਚੰਗੇ ਭਲੇ ਪੈ ਗੱਲ ਕਰਕੇ ਚੱਲ ਗਏ ਆ, ਮੁੜ ਕੇ ਆਉਂਦੇ ਵੀ ਅਸੀਂ। ਹੁਣ ਤੁਸੀਂ ਪ੍ਰਸ਼ਾਸਨ ਕੋ ਕੀ ਮੰਗ ਕਰਨੀ ਚਾਹੁੰਦੇ ਜੀ? ਪ੍ਰਸ਼ਾਸਨ ਕੋ ਇਹੋ ਕਹਿੰਦੇ ਜੀ ਵੀ ਸਾਡਾ ਜਿਹੜਾ ਪਾਣੀ ਦਾ ਮਸਲਾ ਹੱਲ ਹੁੰਦਾ ਜਾਏ ਜੀ, ਸਾਡੇ ਤੇ ਵਿਹੜੇ ਚ ਛੱਡ ਕੇ ਆ ਕੋਈ ਕਮਰਾ ਦੇ ਪਾਣੀ ਫੜਾਉਂਦੇ ਆ, ਤੇ ਜੇ ਮਸਲਾ ਨਹੀਂ ਹੱਲ ਹੁੰਦਾ ਫੇਰ ਕਿੰਨੇ ਰੋਕਿਆ ਜੇ ਕੰਮ? ਇਹ ਦੂਜੀ ਧੜ ਵਾਲੇ ਜਿਹੜੇ ਆ ਬਲਾਕ ਦੇ ਵਿੱਚ ਜਾ ਕੇ ਬੋਲੀ ਦੇ ਆ। ਕਿਹੜੇ ਧਿਰ ਵਾਲੇ? ਇੱਕ ਨਿਰਮਲ ਸਿੰਘ ਨਿੰਮਾ ਆਮ ਪਾਰਟੀ ਵਾਲੇ ਜੇ, ਠੀਕ ਹੈ ਜੀ, ਇਕੱਠੇ ਰਲ ਕੇ ਹੋ ਗਏ ਤੇ ਰੁਕਣ ਦੇ ਜੀ, ਸਾਡਾ ਪਾਣੀ ਨਹੀਂ ਲੰਘਣ ਦੇਣਦੇ, ਅਸੀਂ ਬਹੁਤ ਪਰੇਸ਼ਾਨ। ਠੀਕ ਹੈ ਜੀ, ਆ ਵੇਖੋ ਆ ਪੈਰ ਧੋ ਧੋ ਕੇ ਜਾਈਦਾ ਜੀ। ਮੌਜੂਦਾ ਸਰਕਾਰ ਜਿਹੜੀ ਹੈ ਇਹ ਤਾਂ ਕੰਮ ਕਰਾਉਣ ਡਈ, ਇੱਕ ਰੁਕਾਉਣ ਕੁਡਾਈ ਹੈ। ਇਹ ਨਹੀਂ ਦੇਖੋ ਇਹ ਨਹੀਂ ਦੇਖੋ ਇਹਨਾਂ ਦੇ ਬੱਚੇ ਬੱਚੇ ਤੇ ਮਰਨ ਲੱਗੇ, ਡੱਕਿਆ ਨਹੀਂ ਤੇ ਡੱਕਿਆ ਜੀ, ਡੱਕਿਆ ਇਹ ਤਾਂ ਪੈਰ ਨਹੀਂ ਦੇ ਰੋਲੇ ਪਏ ਆ। ਇਸ ਪੰਜ ਕੇ ਅਫਸਰ ਨੂੰ ਮਿਲੇ ਜੀ? ਹਾਂਜੀ, ਅਫਸਰ ਕਹਿੰਦੇ ਸੈਕਟਰੀ ਸਾਹਿਬ ਨੇ ਆਪ ਕੰਮ ਚਾਲੂ ਕਰਵਾਇਆ ਜੀ ਬਲਾਕ ਦੇ ਵਿੱਚ। ਕਿੰਨੇ ਦਿਨਾਂ ਤੋਂ ਚਾਲੂ ਕਰਾਇਆ ਜੀ? ਹਾਂਜੀ, ਕਿੰਨੇ ਦਿਨ ਹੋ ਗਏ? ਹਫਤਾ ਹੋ ਗਿਆ ਜੀ, ਹਫਤਾ ਹੋ ਗਿਆ ਜੀ। ਸੈਕਟਰੀ ਸਾਹਿਬ ਬਲਾਕ ਦੇ ਵਿੱਚ ਜਾ ਕੇ ਫੇਰ ਰੋਕ ਦਿੰਦੇ ਆ। ਹਾਂਜੀ, ਕੀ ਨਾਂ ਜੀ? ਰਾਜਵਿੰਦਰ ਕੌਰ। ਕੀ ਮਸਲਾ ਤੁਹਾਡੇ ਪਿੰਡ ਦਾ? ਅਸੀਂ ਪਾਣੀ ਤੋਂ ਬਹੁਤ ਪਰੇਸ਼ਾਨ ਆ, ਸਾਡੀਆਂ ਘਰਾਂ ਦੇ ਵਿੱਚ ਪਾਣੀ ਜਾਂਦਾ ਵਾ, ਜਦੋਂ ਮੀਂਹ ਆਉਂਦਾ ਵਾ ਤੇ ਪਾਣੀ ਕਿਸੇ ਪਾਸੇ ਲੰਘਦਾ ਨਹੀਂ ਆ। ਜਦੋਂ ਦੀ ਝਾੜੂ ਸਰਕਾਰ ਬਣੀ ਆ ਉਦੋਂ ਦਾ ਕੁਛ ਨਹੀਂ ਇਹਨੇ ਬਣਾਇਆ, ਸੜਕਾਂ ਗਲੀਆਂ ਸਭ ਖਰਾਬ ਹੋਈਆਂ ਪਈਆਂ ਨੇ। ਸਾਡੇ ਬੱਚੇ ਸਕੂਲ ਜਾਂਦੇ ਆ, ਉਹਨਾਂ ਦੇ ਪੈਰ ਖਰਾਬ ਹੁੰਦੇ ਆ, ਆਉਂਦੇ ਆ ਜਾਂਦੇ ਆ, ਉਹਨਾਂ ਦੇ ਪੈਰ ਗਲੇ ਪਏ ਆ ਤੇ ਕੋਈ ਕੋਈ ਵਿਕਾਸ ਨਹੀਂ ਹੋਣ ਡਿਆ। ਸਾਡਾ ਪਾਣੀ ਨਹੀਂ ਲੰਘਦਾ। ਕਦੋਂ ਦਾ ਮਸਲਾ ਜੀ? ਇੱਕ ਸਾਲ ਤੋਂ ਇਹ ਗੱਲ ਜੀ। ਸਰਪੰਚ ਕੁਛ ਕਰਦਾ ਨੀ, ਉਹ ਆਉਂਦਾ ਨੀ। ਕਿਹੜੀ ਪਾਰਟੀ ਦਾ ਸਰਪੰਚ? ਉਹ ਆਮ ਆਦਮੀ ਪਾਰਟੀ ਦਾ ਸਰਪੰਚ ਆ। ਕਿੰਨੇ ਗੱਲ ਕਹੀ ਵੋਟਾਂ ਨੀ ਪਾਈਆਂ? ਇਹੋ ਜਿਹਾ ਵੀ ਬਸ ਵੋਟਾਂ ਪਾਈਆਂ ਨੀ ਆ, ਉਹ ਬਦਲੇ ਲਈ ਜਾਣ ਡੇ। ਥੈਂਕ ਯੂ ਸਰ।